ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਜੋ ਬਾਰਡਰ ਪੇ ਵੀ ਲੜਦਾ ਹੈ ਅੱਜ ਲਿੰਗਰ ਵੀ ਨਹੀਂ ਚਲਾਣੇ ਵਾਲੇ ਹਮ ਹਮਾਸ ਖੁਦ ਵੀ ਭੰਗ ਰਹੇ ਕਿਆ ਰੀਜ਼ਨ ਹੈ ਇਹ WhatsApp ਪੇ ਦਿਖਾਇਆ ਜਾਂਦਾ ਹੈ ਮੋਦੀ ਜੀ ਨੇ ਪਗੜੀ ਪਹਿਨੀ ਹੋਈ ਹੈ ਔਰ ਵਹਾਂ ਪੇ ਪੰਜਾਬ ਪੇ ਕੇ ਅੰਦਰ ਸਰਦਾਰੋਂ ਮੇ ਬੈਠੇ ਹੋਏ ਹੈ ਆ ਇਹ ਹਾਲਤ ਹੈ ਸਰਦਾਰੋਂ ਕੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਮਹਾਰਾਸ਼ਟਰ ਦੇ ਵਿੱਚ PMC ਬੈਂਕ ਦੇ ਵਿੱਚ ਜੋ ਵੱਡਾ ਘੋਟਾਲਾ ਹੋਇਆ ਹੈ ਅਰਬਾਂ ਰੁਪਏ ਦਾ, ਉਸ ਤੋਂ ਬਾਅਦ ਲੋਕ ਬੇਚੈਨ ਨੇ। ਲੋਕਾਂ ਦਾ ਸਭ ਕੁਝ ਲੁੱਟਿਆ ਜਾ ਚੁੱਕਿਆ ਹੈ, ਜਿਸ ਦੇ ਚੱਲਦਿਆਂ ਕੁਝ ਸਿੱਖ ਵੀਰ ਵੀ ਆਪਣਾ ਗੁੱਸਾ ਮੋਦੀ ਸਰਕਾਰ ਉੱਤੇ ਜ਼ਾਹਿਰ ਕਰਦੇ ਹੋਏ ਨਜ਼ਰ ਆਏ। PMC ਦੇ ਇਸ ਘੋਟਾਲੇ ਤੋਂ ਪਰੇਸ਼ਾਨ ਸਿੰਘ ਨੇ ਨਰਿੰਦਰ ਮੋਦੀ ਨੂੰ ਰੱਜ ਕੇ ਮੀਡੀਆ ਦੇ ਸਾਹਮਣੇ ਧੋਤਾ ਤੇ ਖਰੀਆਂ ਖਰੀਆਂ ਸੁਣਾਈਆਂ ਕਿ ਆਖਿਰ ਅਜਿਹਾ ਮਾਹੌਲ ਕਿਉਂ ਬਣਾਇਆ ਤੇ ਇਸ ਦੀ ਜ਼ਿੰਮੇਵਾਰ ਸਿਰਫ ਤੇ ਸਿਰਫ ਕੇਂਦਰ ਸਰਕਾਰ ਹੈ। ਆਖਿਰ ਹੁਣ ਤੱਕ ਨਰਿੰਦਰ ਮੋਦੀ ਨੇ ਇਸ ਮਸਲੇ ਉੱਤੇ ਕੋਈ ਬਿਆਨ ਕਿਉਂ ਨਹੀਂ ਦਿੱਤਾ? ਸਰਕਾਰ ਵੱਲੋਂ ਬੈਂਕ ਅਤੇ ਬੈਂਕ ਦੇ ਸੀਨੀਅਰ ਅਧਿਕਾਰੀਆਂ ਖਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਆਖਿਰ ਕਿਉਂ ਲੋਕਾਂ ਨੂੰ ਲਾਚਾਰ ਕੀਤਾ ਜਾ ਰਿਹਾ ਹੈ, ਸੰਗਤ ਨੂੰ ਬੇਹਾਲ ਕੀਤਾ ਜਾ ਰਿਹਾ ਹੈ? ਜਿਹਨਾਂ ਦੀ ਆਪਣੀ ਖੂਨ ਪਸੀਨੇ ਦੀ ਕਮਾਈ ਬੈਂਕਾਂ ਵਿੱਚ ਪਈ ਹੈ, ਉਹ ਕਿਉਂ ਅੱਜ ਮੁਹਤਾਜ ਨੇ ਆਪਣਾ ਹੀ ਇੱਕ ਇੱਕ ਪੈਸਾ ਬੈਂਕ ਤੋਂ ਕਢਵਾਉਣ ਵਾਸਤੇ? ਹਮਾਰੇ ਪੈਸੇ ਦੇ ਪਲੇਨ ਖਰੀਦੇ ਜਾ ਰਹੇ ਕਿਆ? ਟੈਕਸ ਪੇਡ ਮਨੀ ਹੈ ਉਹਨਾਂ ਦੀ ਪੂਰੀ ਹਾਲਤ ਹੋ ਗਈ। ਠੀਕ ਹੈ, ਆਪ ਆਪ ਸ਼ਾਂਤੀ। ਸਰਦਾਰ ਹੈ ਜੋ ਬਾਰਡਰ ਪੇ ਵੀ ਲੜਦਾ ਹੈ ਅੱਜ ਲਿੰਗਰ ਪੇ ਨਹੀਂ ਚਲਾਣੇ ਵਾਲੇ ਹਮ ਹਮਾਸ ਖੁਦ ਵੀ ਭੰਗ ਰਹੇ ਕਿਆ ਰੀਜ਼ਨ ਹੈ ਯਹੀ WhatsApp ਪੇ ਦਿਖਾਇਆ ਜਾਂਦਾ ਹੈ ਮੋਦੀ ਜੀ ਨੇ ਪਗੜੀ ਪਹਿਨੀ ਹੋਈ ਹੈ ਔਰ ਵਹਾਂ ਪੇ ਪੰਜਾਬ ਪੇ ਕੇ ਅੰਦਰ ਸਰਦਾਰੋਂ ਮੇ ਬੈਠੇ ਹੋਏ ਹੈ ਆ ਇਹ ਹਾਲਤ ਹੈ ਸਰਦਾਰੋਂ ਕੀ। My government has not given any one single statement on this matter. Sir, we will do everything. ਹਮਾਰੇ ਪੈਸੇ ਦੇ ਪਲੇਨ ਖਰੀਦੇ ਜਾ ਰਹੇ ਕਿਆ? ਟੈਕਸ ਪੇਡ ਮਨੀ ਹੈ ਉਹਨਾਂ ਦੀ ਪੂਰੀ ਹਾਲਤ ਹੋ ਗਈ। ਠੀਕ ਹੈ, ਆਪ ਆਪ ਸ਼ਾਂਤੀ। ਸਰਦਾਰ ਹੈ ਜੋ ਬਾਰਡਰ ਪੇ ਵੀ ਲੜਦਾ ਹੈ ਅੱਜ ਲਿੰਗਰ ਪੇ ਨਹੀਂ ਚਲਾਣੇ ਵਾਲੇ ਹਮ ਹਮਾਸ ਖੁਦ ਵੀ ਭੰਗ ਰਹੇ ਕਿਆ ਰੀਜ਼ਨ ਹੈ ਯਹੀ WhatsApp ਪੇ ਦਿਖਾਇਆ ਜਾਂਦਾ ਹੈ ਮੋਦੀ ਜੀ ਨੇ ਪਗੜੀ ਪਹਿਨੀ ਹੋਈ ਹੈ ਔਰ ਵਹਾਂ ਪੇ ਪੰਜਾਬ ਪੇ ਕੇ ਅੰਦਰ ਸਰਦਾਰੋਂ ਮੇ ਬੈਠੇ ਹੋਏ ਹੈ ਆ ਇਹ ਹਾਲਤ ਹੈ ਸਰਦਾਰੋਂ ਕੀ। My government has not given any one single statement on this matter. Sir, we will do everything. ek minute
ਗੁਰਪਿਆਰੇ, ਇਹ ਤਾਂ ਹੁਣ ਆਉਣ ਵਾਲਾ ਵਕਤ ਹੀ ਤੈਅ ਕਰੇਗਾ ਕਿ ਪੀਐਮਸੀ ਬੈਂਕ ਦਾ ਘੁਟਾਲਾ ਕਦੋਂ ਮੁੱਕਦਾ ਹੈ ਅਤੇ ਸਰਕਾਰ ਇਸ ਦੇ ਉੱਤੇ ਕੋਈ ਐਕਸ਼ਨ ਲੈਂਦੀ ਹੈ ਜਾਂ ਨਹੀਂ ਲੈਂਦੀ। ਪਰ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਆਪਣੇ ਖੂਨ ਪਸੀਨੇ ਦੀ ਕਮਾਈ ਪੀਐਮਸੀ ਬੈਂਕ ਦੇ ਵਿੱਚ ਜਮ੍ਹਾਂ ਕਰਵਾਈ ਸੀ, ਉਹ ਜ਼ਰੂਰ ਅੱਜ ਲਾਚਾਰ ਹੋ ਗਏ ਨੇ ਤੇ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਦਾ ਵੱਧ ਚੜ੍ਹ ਕੇ ਸਾਥ ਦਈਏ, ਮੀਡੀਆ ਦੀਆਂ ਅੱਖਾਂ ਖੋਲੀਏ, ਸਰਕਾਰ ਦੀਆਂ ਅੱਖਾਂ ਖੋਲੀਏ ਅਤੇ ਅਜਿਹੇ ਕਰਪਟ ਲੋਕਾਂ ਦੇ ਖਿਲਾਫ ਜੰਮ ਕੇ ਪ੍ਰਦਰਸ਼ਨ ਕਰੀਏ ਜਿਨ੍ਹਾਂ ਨੇ ਲੱਖਾਂ ਲੋਕਾਂ ਦੀ ਦਿਨ ਰਾਤ ਦੀ ਮਿਹਨਤ ਦੀ ਕਮਾਈ ਵਿਅਰਥ ਕੀਤੀ ਹੈ, ਗਵਾਈ ਹੈ ਤੇ ਆਪਣੀ ਐਸ਼ਪ੍ਰਸਤੀ ਵਾਸਤੇ ਵਰਤੀ ਹੈ, ਜਿਨ੍ਹਾਂ ਨੇ ਮਹਿੰਗੇ ਮਹਿੰਗੇ ਜਹਾਜ਼ ਲੈ ਕੇ, ਮਹਿੰਗੀਆਂ ਮਹਿੰਗੀਆਂ ਪਾਰਟੀਆਂ ਕਰਕੇ, ਵਿਦੇਸ਼ਾਂ ਦੇ ਟੂਰ ਖਿੱਚ ਕੇ ਆਮ ਲੋਕਾਂ ਦਾ ਪੈਸਾ ਉਜਾੜਿਆ ਹੈ। ਪੀਐਮਸੀ ਦੇ ਅਜਿਹੇ ਐਮਡੀਜ਼ ਦੇ ਖਿਲਾਫ ਜ਼ਰੂਰ ਜਲਦ ਤੋਂ ਜਲਦ ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ? ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਤਾਂ ਜੋ ਸਰਕਾਰ ਦੀਆਂ ਅੱਖਾਂ ਖੁੱਲ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।